ਦੋ ਬੇਨਤੀਆਂ ਨੇ, ਇਹ ਧਿਆਨ ਨਾਲ ਸੁਣਨੀਆਂ ਨੇ। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਕੇਵਲ ਤੇ ਕੇਵਲ ਭਲਾ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ, ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਕਰੀਬ ਉਹ ਐਂਬੂਲੈਂਸ ਬਣਨੀ ਹੈ। ਅਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਅਤੇ ਚਾਹੀਦੀ ਵੀ ਜਲਦੀ ਹੈ। ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ, ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਕਿਣਕਾ, ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ ਉਹਦੇ ਰੋਗ ਤੋਂ, ਜਲਦੀ ਇਲਾਜ ਲਈ ਆਪਣੀ ਜਗ੍ਹਾ 'ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਅਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਅਤੇ ਇੱਕ ਤੁਹਾਨੂੰ ਪਤਾ, ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ, ਚੱਲਦੀ ਫਿਰਦੀ ਰਸੋਈ, ਉਹ ਗੱਡੀ ਹੁਣ ਕਾਫੀ ਵਿਰਧ ਹੋ ਗਈ, ਪੁਰਾਣੀ ਹੋ ਗਈ ਹੈ, ਅਤੇ ਕਾਫੀ ਉਹਦੇ 'ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ, ਕਦੀ ਕੋਈ ਨੁਕਸ, ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ, ਇਹ ਟੋਟਲ 21-22 ਲੱਖ ਦਾ ਖਰਚਾ ਦੋਵੇਂ ਗੱਡੀਆਂ ਦਾ। ਅਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ, ਤਿਆਰ ਹੋ ਕੇ ਵੱਖ ਵੱਖ ਥਾਵਾਂ 'ਤੇ ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ, ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਆਪਣਾ ਦਸਵੰਧ, ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ੋਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ, ਕਿਊ ਆਰ ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ ਕਿਊ ਆਰ ਕੋਡ ਦੇ ਰਾਹੀਂ ਤੁਸੀਂ ਇਹ ਟਰੱਸਟ ਨੂੰ ਸੇਵਾ ਭੇਜ ਸਕਦੇ ਹੋ, ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ 'ਤੇ ਚੱਲਦਾ, ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, 1 ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ, ਅਤੇ 1 ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ, ਅਤੇ ਉਹ ਵੀ ਸਿੱਧਾ ਭਲਾ। ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ ਪਿਆਰੇ, ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ, ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ, ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜਿਹੀ ਬਿੱਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਘਰਾਂ ਦੇ ਵਿੱਚ ਸਦਾ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ, ਅਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ,
ਇਹ ਤੁਹਾਡੇ ਘਰਾਂ ਚ ਕਮੀਆਂ ਨਹੀਂ ਰਹਿਣੀਆਂ, ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪਣੀਆਂ ਜੋ ਸੇਵਾਵਾਂ ਪਾ ਕੇ ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ। ਬੇਨਤੀ ਹੈ, 20 ਤਰੀਕ ਆ ਰਹੀ, 20 ਤਰੀਕ ਨੂੰ ਰਾਤ ਨੂੰ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਅਸੀਂ ਸਾਰੇ ਸ਼ੁਕਰਾਨਾ ਸਮਾਗਮ ਦੇ ਵਿੱਚ ਜੁੜਾਂਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਕੌਲਸਰ ਸਾਹਿਬ ਵਿਖੇ ਦਰਸ਼ਨ ਦੇਣੇ। ਔਰ ਤੁਹਾਨੂੰ ਸਭ ਨੂੰ ਪਤਾ 20 ਤਰੀਕ ਦਾ ਅਸੀਂ ਜਿਹੜਾ ਸਮਾਗਮ ਕਰਦੇ ਹਾਂ ਇਹ ਉਹ ਬਖਸ਼ਿਸ਼ਾਂ ਭਰਿਆ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹੋ ਕੇ ਵਰਤਦੇ ਨੇ, ਇੱਕ ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਸਭ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਜਿਹੜੀਆਂ ਸੰਗਤਾਂ ਹਰ ਮਹੀਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਉਹਨਾਂ ਨੂੰ ਪਤਾ ਕਿਵੇਂ ਕਿਵੇਂ ਸਤਿਗੁਰੂ ਉਹਨਾਂ ਦੇ ਨਾਲ ਪ੍ਰਤੱਖ ਵਰਤ ਰਹੇ ਨੇ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਉਣ ਦਾ ਸਮਾਂ ਜੋ ਪਿਤਾ ਜੀ ਨੇ ਸਾਨੂੰ ਦਿੱਤਾ ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ। ਔਰ ਵੱਡੀ ਗਿਣਤੀ ਦੇ ਵਿੱਚ 20 ਤਰੀਕ ਨੂੰ ਸਾਰਿਆਂ ਨੇ ਸ਼ਾਮੀ 7 ਵਜੇ ਤੱਕ ਪਹੁੰਚ ਜਾਣਾ, 7:30 ਤੋਂ 9:30 ਵਜੇ ਤੱਕ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੇ ਸੰਬੰਧ ਦੇ ਵਿੱਚ ਦਾਤਾਬੰਦੀ ਸ਼ੋਰ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪਤਪ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਚੁਪਹਿਰਾ ਜਪਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਹੋ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਦਸਾਂ 20-20 ਨੂੰ ਨਾਲ ਲੈ ਕੇ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ 'ਚ ਬੈਠਦੇ ਨੇ, ਹਰੇਕ ਦੀਆਂ ਝੋਲੀਆਂ ਭਰਦੇ ਨੇ, ਹਰੇਕ ਦੀ ਅਰਦਾਸ ਨੂੰ ਸੁਣਦੇ ਨਹੀਂ ਮੰਨਦੇ ਨੇ। ਕਿੰਨੇ ਹੀ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਨੇ ਚੁਪਹਿਰਾ ਜਪਤਪ ਸਮਾਗਮ ਦੇ ਦੌਰਾਨ ਭਰੀਆਂ ਨੇ, ਅਤੇ ਸਭ ਨੂੰ ਮੈਂ ਬੇਨਤੀ ਕਰਦਾ ਦਸਾਂ 20-20 ਨੂੰ ਨਾਲ ਲੈ ਕੇ ਆਪ ਜੀਆਂ ਨੇ ਇਸ ਚੁਪਹਿਰਾ ਜਪਤਪ ਸਮਾਗਮ ਦੇ ਵਿੱਚ ਆ ਕੇ ਹਾਜ਼ਰੀਆਂ ਭਰਨੀਆਂ। ਔਰ ਜਿਹੜੀਆਂ ਸੰਗਤਾਂ ਤਰਨ ਤਾਰਨ ਸਾਹਿਬ ਵੱਲੋਂ ਆਉਣ ਵਾਲੀਆਂ ਨੇ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ, 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਲਈ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਇਹ ਗੱਡੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਭੁੱਲਿਓ ਨਾ 27 ਤਰੀਕ ਨੂੰ ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਸਾਹਿਬ ਕੋਲੋਂ ਝੋਲੀਆਂ ਭਰਵਾਉਣ ਵਾਸਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਜੋ 10 ਵਜੇ ਤੋਂ ਪਹਿਲੇ, ਇਹ ਨਹੀਂ ਕਿ 10 ਵਜੇ ਚੁਪਹਿਰਾ ਹੁੰਦਾ ਤੁਸੀਂ 11 ਕੋਈ ਆਵੇ ਕੋਈ 12, ਨਹੀਂ, ਫਿਰ ਝੋਲੀਆਂ ਇੱਦਾਂ ਪਿਆਰਿਓ ਪੂਰੀਆਂ ਨਹੀਂ ਭਰਦੀਆਂ, ਪੂਰੇ ਚੁਪਹਿਰੇ ਵਿੱਚ ਹਾਜ਼ਰੀਆਂ ਭਰਨੀਆਂ। 9:30 ਵਜੇ ਠੀਕ ਤੁਸੀਂ ਰਾਮ ਤੀਰਥ ਰੋਡ ਪਹੁੰਚ ਜਾਣਾ, ਪ੍ਰਸ਼ਾਦਾ ਪਾਣੀ ਛੱਕ ਕੇ 10 ਵਜੇ ਚੌਂਕੜੇ ਮਾਰ ਕੇ ਬਹਿ ਜਾਣਾ ਔਰ ਵੇਖਿਓ ਕਿਵੇਂ ਬਾਬਾ ਦੀਪ ਸਿੰਘ ਜੀ ਤੁਹਾਡੇ 'ਤੇ ਬਖਸ਼ਿਸ਼ਾਂ ਦੇ ਖਾਤੇ ਖੋਲਣਗੇ। ਇਹ ਮੇਰੀ ਬੇਨਤੀ, ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਲਾਭ ਲੈ ਸਕੇ। ਇਹ ਸਾਰਾ ਸਮਾਗਮ ਸਾਡੇ ਯੂਟਿਊਬ ਚੈਨਲ
ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਭੋਪਾਲ ਗੁਰਦੁਆਰਾ ਟਿੱਕਰੀ ਸਾਹਿਬ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਜੁੜੇ ਔਰ ਜੁੜ ਰਹੇ ਨੇ। ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਔਰ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਯੂਟਿਊਬ ਦੇ ਮਾਧਿਅਮ ਰਾਹੀਂ ਜੁੜੇ ਹੋ, ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ। ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਸ਼ੇਅਰ ਕਰੋ, ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚਮਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। 8-10 ਮਿੰਟ ਆਓ, ਸਾਰੇ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੋ, ਕੋਈ ਰਸਨਾ ਵਾਂਝੀ ਨਾ ਰਹੇ ਜੀ, ਸਾਰੇ ਕਿਰਪਾ ਕਰਿਓ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰਾਮਦਾਸ ਜੀ ਧੰਨ ਗੁਰੂ 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 ਰਾਮਦਾਸ ਜੀ ਸਿੰਘ ਜੀ ਬਾਬਾ ਦੀਪ 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 ਸਿੰਘ ਜੀ ਵਾਹਿਗੁਰੂ 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 ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸੱਚ ਨਾਨਕ ਹੋਸੇ ਪੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸੱਚ ਨਾਨਕ ਹੋਸੇ ਪੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸੱਚ ਨਾਨਕ ਹੋਸੇ ਪੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸੱਚ ਨਾਨਕ ਹੋਸੇ ਪੀ ਸੱਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ
ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ, 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਵਾਹਿਗੁਰੂ 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 ਵਾਹਿਗੁਰੂ, ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ, ਸਭ ਦੀ ਆਵਾਜ਼ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ
ਤਿੰਨ ਚਾਰ ਜਿਹੜੀਆਂ ਰੋਜ਼ ਅਸੀਂ ਜ਼ਰੂਰੀ ਬੇਨਤੀਆਂ ਕਰਦੇ ਹਾਂ ਉਹ ਕਰਕੇ ਫਿਰ ਸ਼ਬਦ ਪੜ੍ਹਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਬੇਨਤੀ ਮੈਂ ਕਰਾਂ, ਉਸ ਤੋਂ ਪਹਿਲਾਂ ਸਨੇਮਰ ਬੇਨਤੀ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ, ਅੱਗੇ ਤੋਂ ਅੱਗੇ ਪ੍ਰੋਗਰਾਮ ਜ਼ਰੂਰ ਸ਼ੇਅਰ ਕਰੋ, ਇਹ ਵੀ ਵੱਡੀ ਸੇਵਾ ਹੁੰਦੀ ਹੈ। ਔਰ ਜਿੰਨੇ ਤੁਸੀਂ ਬੈਠੇ ਹੋ, ਸਮਾਪਤੀ ਤੋਂ ਬਾਅਦ ਵੀ ਇਹ ਸਾਰਾ ਪ੍ਰੋਗਰਾਮ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਵੇਖ ਸਕਦੇ ਹੋ। ਤਾਂ ਖੈਰ, ਪਹਿਲੀ ਬੇਨਤੀ ਧਿਆਨ ਨਾਲ ਸੁਣੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭੋਪਾਲ ਵਾਲਿਓ, ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਉਹ ਬੋਲੇ ਸੋਨਹਾਲ ਸ੍ਰੀ ਅਕਾਲ। ਵਾਹ ਵਾਹ, ਜਿਹੜੇ ਰੋਜ਼ਾਨਾ ਸੰਗਤ ਕਰਨ ਵਾਲੇ ਨੇ, ਦੁਪਹਿਰੀ 3 ਤੋਂ 4 PTC ਸਿਮਰਨ 'ਤੇ ਜਾਂ ਰਾਤੀ 10 ਤੋਂ 11 ਰੋਜ਼ਾਨਾ PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਜੁੜਦੇ ਹੋ, ਰਾਤੀ 8 ਤੋਂ 9 ਫਤਿਹ TV 'ਤੇ ਵੀ ਰੋਜ਼ਾਨਾ ਸਮਾਗਮ ਚੱਲਦਾ, ਜਿਹੜੇ ਜੁੜਦੇ ਹੋ ਉਹਨਾਂ ਨੂੰ ਪਤਾ ਹੈ ਜਦੋਂ ਮੈਂ ਪੁੱਛਣਾ ਚੜ੍ਹਦੀ ਕਲਾ 'ਚ ਹੋ, ਫਿਰ ਤੁਸੀਂ ਦੋਵੇਂ ਵਾਹ ਵਾਹ ਸਤਿ ਸ੍ਰੀ ਅਕਾਲ, ਫਿਰ ਤੁਸੀਂ ਗੂੰਜਵੀਂ ਆਵਾਜ਼ ਵਿੱਚ ਬਾਹਾਂ ਉੱਚੀਆਂ ਕਰਕੇ ਚੜ੍ਹਦੀ ਕਲਾ 'ਚ ਬੈਠੇ ਹੋਣ ਦਾ ਸਬੂਤ ਦੇਣਾ।
ਹੁਣ ਪਹਿਲੀ ਬੇਨਤੀ ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਓਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਖੂਬਸੂਰਤ ਚਿਹਰਾ ਵੀ ਇੱਕ ਦਿਨ ਬੁੱਢਾ ਹੋ ਜਾਂਦਾ ਹੈ, ਝੁਰੀਆਂ ਪੈ ਜਾਂਦੀਆਂ। ਜਿੰਨਾ ਮਰਜ਼ੀ ਕੋਈ ਮੇਕਅਪ ਕਰ ਲਏ, ਭਾਵੇਂ ਉਹ ਮਰਦ ਦੇ ਭਾਵੇਂ ਔਰਤ, ਅਤੇ ਜਿੰਨਾ ਮਰਜ਼ੀ ਬਜ਼ੁਰਗੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਪਤਾ ਲੱਗ ਜਾਂਦਾ ਹੈ। ਖੂਬਸੂਰਤ ਚਿਹਰਾ ਵੀ ਬੁੱਢਾ ਹੋ ਜਾਂਦਾ ਹੈ, ਤਾਕਤਵਰ ਜਿਸਮ ਵੀ ਇੱਕ ਦਿਨ ਢਲ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਖੂਬਸੂਰਤ ਚਿਹਰਾ ਵੀ ਇੱਕ ਦਿਨ ਬੁੱਢਾ ਹੋ ਜਾਂਦਾ ਹੈ, ਤਾਕਤਵਰ ਜਿਸਮ ਵੀ ਇੱਕ ਦਿਨ ਢਲ ਜਾਂਦਾ ਹੈ। ਜਿੰਨੇ ਮਰਜ਼ੀ ਵੱਡੇ ਅਹੁਦੇ 'ਤੇ ਬੰਦਾ ਹੋਵੇ, ਇੱਕ ਦਿਨ ਅਹੁਦਾ ਵੀ ਖਤਮ ਹੋ ਜਾਂਦਾ ਹੈ, ਅਹੁਦਾ ਵੀ। ਪਰ ਇੱਕ ਮੇਰੀ ਬੇਨਤੀ ਹੈ, ਖੂਬਸੂਰਤ ਚਿਹਰਾ ਵੀ ਬੁੱਢਾ ਹੋ ਗਿਆ, ਤਾਕਤਵਰ ਜਿਸਮ ਵੀ ਇੱਕ ਦਿਨ ਆਇਆ ਢਲ ਗਿਆ, ਅਹੁਦਾ ਵੀ ਸੀ ਜਿਹੜਾ ਬੰਦੇ ਕੋਲ, ਅਹੁਦਾ ਵੀ ਖਤਮ ਹੋ ਸਕਦਾ। ਪਰ ਸੱਚਾਈ ਇਹ, ਚੰਗਾ ਇਨਸਾਨ ਹਮੇਸ਼ਾ ਚੰਗਾ ਹੀ ਰਹਿੰਦਾ, ਅਤੇ ਜੇ ਸਰੀਰਕ ਤੌਰ 'ਤੇ ਚੰਗਾ ਇਨਸਾਨ ਚੱਲਿਆ ਵੀ ਜਾਵੇ ਨਾ, ਲੋਕਾਂ ਦੇ ਦਿਲਾਂ ਦੇ ਉੱਤੇ ਉਹ ਰਾਜ ਕਰਦਾ, ਮਰਨ ਤੋਂ ਬਾਅਦ ਵੀ ਉਹ ਮਰਦਾ ਨਹੀਂ। ਸੋਨਹਾਲ ਸ੍ਰੀ ਅਕਾਲ। ਇਸ ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਚੰਗੇ ਇਨਸਾਨ ਬਣੋ, ਚੰਗੇ ਬੰਦੇ ਬਣੋ। ਅਸੀਂ ਹਿੰਦੂ ਬਾਅਦ ਵਿੱਚ ਹਾਂ, ਮੁਸਲਮਾਨ ਬਾਅਦ 'ਚੋਂ ਹਾਂ, ਸਿੱਖ ਬਾਅਦ 'ਚੋਂ ਹਾਂ, ਈਸਾਈ ਬਾਅਦ 'ਚੋਂ ਹਾਂ, ਉਹ ਚੰਗੇ ਬੰਦੇ 'ਤੇ ਬਣੀ ਹੈ। ਇਨਸਾਨੀਅਤ 'ਤੇ ਆਪਣੇ ਅੰਦਰ ਲਿਆਈਏ। ਅਸੀਂ ਆਪਣੇ ਆਪ ਨੂੰ ਬੜੇ ਧਰਮੀ ਅਖਵਾਉਂਦੇ ਹਾਂ, ਪਰ ਮੇਰੀ ਬੇਨਤੀ, ਇਨਸਾਨੀਅਤ ਨਾਮ ਦੀ ਚੀਜ਼ ਕਈ ਵਾਰੀ ਸਾਡੇ ਨੇੜੇ ਤੇੜੇ ਨਹੀਂ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚੰਗੇ ਇਨਸਾਨ ਸਰੀਰਕ ਤੌਰ 'ਤੇ ਜਾਣ ਤੋਂ ਬਾਅਦ ਵੀ ਕਦੀ ਮਰਦੇ ਨੇ, ਕਦੀ ਮਰਦੇ ਨੇ, ਉਹ ਜਿਉਂਦੇ ਰਹਿੰਦੇ ਨੇ, ਜਿਉਂਦੇ। ਪਿਓਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ, ਇਹਦਾ ਨੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਔਰ ਜਦੋਂ ਦੀਆਂ ਇਹ ਮੈਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਬਜ਼ੁਰਗ ਤਾਂ ਜੁੜ ਹੀ ਰਹੇ ਨੇ। ਜਿੱਥੇ ਵੀ ਮੈਂ ਜਾਂਦਾ, ਹਜ਼ਾਰਾਂ ਦੀ ਗਿਣਤੀ 'ਚ ਵੱਡੇ ਬਜ਼ੁਰਗ ਮਿਲਦੇ, ਅਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਵੀ ਜੁੜ ਰਹੇ ਨੇ। ਛੋਟੇ ਛੋਟੇ ਬੱਚੇ, ਜਵਾਨ ਜਵਾਨ ਬੱਚੇ, ਨੌਜਵਾਨ ਬੱਚੇ ਭੱਜ ਭੱਜ ਕੇ ਮੈਨੂੰ ਮਿਲਦੇ। ਵੀਰ ਜੀ, ਅਸੀਂ ਰੋਜ਼ ਕੀਰਤਨ ਸੁਣਦੇ ਹਾਂ, ਜੇ 3-4 ਸਮਾਂ ਲਈ ਲੱਗਦਾ ਅਸੀਂ ਯੂਟਿਊਬ 'ਤੇ ਸੁਣ ਲੈਂਦੇ, ਪਰ ਸੁਣਦੇ ਜ਼ਰੂਰ ਹਾਂ। ਅਤੇ ਜਦੋਂ ਦਾ ਸੁਣਨਾ ਸ਼ੁਰੂ ਕੀਤਾ, ਉਦੋਂ ਦੀ ਅੰਦਰ ਚੜ੍ਹਦੀ ਕਲਾ ਆ ਗਈ, ਚੜ੍ਹਦੀ ਕਲਾ ਜੀ। ਕਿਉਂਕਿ ਮੈਂ ਜਦੋਂ ਦਾ ਸ਼ੁਰੂ ਕੀਤਾ, ਉਦੋਂ ਦਾ ਤੁਹਾਡੇ ਦਿਮਾਗਾਂ ਦੇ ਉੱਤੇ ਬੋਝ ਪਾਇਆ ਨਹੀਂ, ਬੋਝ ਲਾਉਣ ਦਾ ਯਤਨ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਆਪਣੇ ਜਿਸਮ ਨੂੰ ਨਾ ਸਵਾਰੋ, ਕਿਉਂਕਿ ਇਹਨੇ ਇੱਕ ਦਿਨ ਮਿੱਟੀ 'ਚ ਮਿਲ ਜਾਣਾ। ਅਸੀਂ ਜਿਸਮ ਵੱਲ ਜ਼ਿਆਦਾ ਧਿਆਨ ਦੇਣੇ ਹਾਂ, ਚਲੋ ਜਿੰਨੀ ਕੁ ਲੋੜ ਹੈ ਸਫਾਈ ਦੀ ਜਾਂ ਇਹਨੂੰ ਸਵਾਰਨ ਦੀ ਉਹਨਾਂ, ਪਰ ਹਰ ਵੇਲੇ ਹੀ ਇਹੋ ਹੀ ਕੰਮ, ਇਹ ਤਾਂ ਨਹੀਂ ਨਾ ਸੋਭਦੇ। ਹਰ ਵੇਲੇ ਸ਼ੀਸ਼ੇ ਦੇ ਅੱਗੇ ਤੂੰ ਖਲੋਤਾ ਹੈ, ਬਸ ਮੈਂ ਕਿਹੋ ਜਿਹਾ ਲੱਗਦਾ, ਕਿਹੋ ਜਿਹਾ ਲੱਗਦਾ, ਨਹੀਂ। ਆਪਣੇ ਜਿਸਮ ਨੂੰ ਨਾ ਸਵਾਰੋ, ਕਿਉਂਕਿ ਇਹਨੇ ਤਾਂ ਮਿੱਟੀ ਵਿੱਚ ਮਿਲ ਜਾਣਾ, ਸਵਾਰਨਾ। ਅਤੇ ਆਪਣੀ ਆਤਮਾ ਨੂੰ ਸਵਾਰੋ, ਕਿਉਂਕਿ ਇਹਨੇ ਇੱਕ ਦਿਨ ਪਰਮੇਸ਼ਰ ਦੇ ਕੋਲ ਜਾਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਪਣੀ ਆਤਮਾ ਨੂੰ ਸਵਾਰੀਏ, ਆਤਮਾ ਨੂੰ। ਅਤੇ ਆਤਮਾ ਸਵਰਦੀ ਹੈ ਜਦੋਂ ਅਸੀਂ ਆ ਗੁਰੂ ਦੀ ਸੰਗਤ ਕਰਦੇ ਹਾਂ, ਆਤਮਾ ਸਵਰਦੀ ਹੈ ਜਦੋਂ ਅੰਮ੍ਰਿਤ ਵੇਲੇ ਉੱਠਦੇ ਹਾਂ,
ਆਤਮਾ ਸਵਰਦੀ ਹੈ ਜਦੋਂ ਬਾਣੀ ਦਾ ਨਿਤਨੇਮ ਵਧਾਉਂਦੇ ਹਾਂ, ਆਤਮਾ ਸਵਰਦੀ ਹੈ ਜਦੋਂ ਭਲੇ ਪੁਰਸ਼ਾਂ ਦੀ ਸੰਗਤ ਕਰਦੇ ਹਾਂ, ਆਤਮਾ ਸਵਰਦੀ ਹੈ ਜਦੋਂ ਕੀਰਤਨ ਵਿੱਚ ਆ ਕੇ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਇਹ ਵੀ ਬੜੀ ਕੰਮ ਆਏਗੀ ਤੁਹਾਨੂੰ ਲਾਈਫ ਦੇ ਵਿੱਚ, ਬਹੁਤ ਸਪੋਰਟ ਵੀ ਦੇਵੇਗੀ, ਕੰਮ ਵੀ ਬੜੀ ਆਏਗੀ। ਉੱਚਾ ਉਹ ਹੀ ਉੱਠਦਾ ਜਿਹੜਾ ਹਲਕਾ ਹੁੰਦਾ, ਉਹ ਹੀ ਉੱਚਾ ਉੱਠੇਗਾ ਨਾ ਜਿਹੜਾ ਹਲਕਾ ਹੈ। ਉੱਚਾ ਉਹ ਹੀ ਉੱਠਦਾ ਜਿਹੜਾ ਹਲਕਾ ਹੁੰਦਾ, ਇਸ ਕਰਕੇ ਜੇ ਉੱਚੀ ਉਡਾਰੀ ਮਾਰਨੀ ਚਾਹੁੰਦੇ ਹੋ ਨਾ, ਤਾਂ ਆਪਣੇ ਅੰਦਰੋਂ ਅਹੰਕਾਰ ਦੇ ਬੋਝ ਨੂੰ ਲਾਹ ਦਿਓ, ਅਹੰਕਾਰ ਦੇ ਬੋਝ ਨੂੰ, ਅਹੰਕਾਰ ਦੇ। ਮੈਂ ਐਡਾ ਵਧੀਆ ਕੀਰਤਨ ਕਰਦਾ, ਮੈਂ ਐਡੀ ਸੋਹਣੀ ਕਥਾ ਕਰਦਾ, ਮੈਂ ਸੇਵਾ ਕਰਦਾ, ਮੈਂ ਸਿਮਰਨ ਕਰਦਾ, ਮੈਂ ਅੰਮ੍ਰਿਤ ਵੇਲੇ ਉੱਠਦਾ, ਮੈਂ ਕੀਰਤਨ ਵਿੱਚ ਜਾ ਕੇ ਚਾਰ ਚਾਰ ਘੰਟੇ ਚੌਂਕੜਾ ਮਾਰ ਕੇ ਬਹਿ ਜਾਂਦਾ। ਕਿਸੇ ਵੀ ਗੱਲ ਦਾ ਅਹੰਕਾਰ ਹੈ ਨਾ, ਉਹਨੂੰ ਆਪਣੇ ਅੰਦਰੋਂ ਉਤਾਰੋਗੇ, ਫਿਰ ਉੱਚੀ ਉਡਾਰੀ ਤੁਸੀਂ ਮਾਰ ਪਾਓਗੇ। ਨਹੀਂ ਤਾਂ ਪਿਆਰੇ, ਉੱਚੀ ਉਡਾਰੀ ਨਹੀਂ ਜੇ ਵੱਜਣੀ, ਥੱਲੇ ਦੇ ਥੱਲੇ ਰਹਿ ਜਾਂਗੇ। ਜਿੱਥੇ 20 ਸਾਲ ਪਹਿਲੇ ਸ਼ੁਰੂ ਕੀਤਾ, ਉੱਥੇ ਦੇ ਉੱਥੇ 20 ਸਾਲਾਂ ਬਾਅਦ ਵੀ ਖੜ੍ਹੇ ਰਹਿ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਹੰਕਾਰ ਨੂੰ ਆਪਣੇ ਅੰਦਰੋਂ ਦੂਰ ਕਰੀਏ, ਜਿੰਨਾ ਦੂਰ ਕਰ ਸਕਦੇ ਅਹੰਕਾਰ ਨੂੰ, ਜਿੰਨਾ ਆਪਣੀ ਈਗੋ ਨੂੰ ਮਿਟਾ ਸਕਦੇ ਹਾਂ ਮਿਟਾਈਏ, ਮਿਟਾਈਏ, ਇਹ ਮੇਰੀ ਬੇਨਤੀ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਜਿਹੜੇ ਦਰਸ਼ਨ ਵੀ ਕਰ ਰਹੇ ਹੋ ਨਾ, ਮੱਥਾ ਟੇਕ ਰਹੇ, ਤੁਸੀਂ ਵੀ ਸਾਰੇ ਉੱਚੀ ਬੋਲੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਜ਼ਿੰਦਗੀ ਇੱਦਾਂ ਜੀਓ ਕਿ ਪਰਮੇਸ਼ਰ ਨੂੰ ਪਸੰਦ ਆ ਜਾਏ, ਇੱਦਾਂ ਜ਼ਿੰਦਗੀ ਜੀਵੋ ਪਰਮੇਸ਼ਰ ਨੂੰ ਚੰਗੀ ਲੱਗੇ, ਸ਼ਹੀਦ ਸਿੰਘਾਂ ਨੂੰ ਚੰਗੀ ਲੱਗੇ, ਉਹਦੇ ਪਿਆਰਿਆਂ ਨੂੰ ਚੰਗੀ ਲੱਗੇ। ਜ਼ਿੰਦਗੀ ਇੱਦਾਂ ਜੀਵੋ ਕਿ ਪਰਮੇਸ਼ਰ ਨੂੰ ਚੰਗੀ ਲੱਗੇ, ਕਿਉਂਕਿ ਦੁਨੀਆ ਦੀ ਪਸੰਦ ਤਾਂ ਇੱਕ ਸੈਕਿੰਡ ਵਿੱਚ ਬਦਲ ਜਾਂਦੀ ਹੈ, ਇੱਕ ਸੈਕਿੰਡ ਨਹੀਂ ਲੱਗਦਾ ਪਸੰਦ ਬਦਲ ਜਾਂਦੀ ਲੋਕਾਂ ਦੀ। ਹੈਂਜੀ, ਜਿਹੜੇ ਕੁਝ ਮਿੰਟ ਪਹਿਲੇ ਚਖੇਤੇ ਹੁੰਦੇ ਆ ਨਾ, ਉਹਨਾਂ ਨਾਲ ਹੀ ਬੰਦਾ ਕਈ ਵਾਰੀ ਨਫ਼ਰਤ ਕਰਨ ਲੱਗ ਪੈਂਦਾ, ਇਹਨੂੰ ਤਾਂ ਮੈਂ ਬੁਲਾਉਣਾ ਨਹੀਂ। ਹੈਂਜੀ, ਭਾਵੇਂ ਉਹ ਬਾਪ ਹੈ, ਭਾਵੇਂ ਉਹ ਮਾਂ ਹੈ, ਭਾਵੇਂ ਉਹ ਬੱਚੇ ਨੇ, ਭਾਵੇਂ ਭੈਣ ਭਾਈ ਨੇ, ਭਾਵੇਂ ਮਿੱਤਰ ਦੋਸਤ ਨੇ, ਜਿਨ੍ਹਾਂ ਨਾਲ ਜੰਮਣ ਮਰਨ ਦੀਆਂ ਕਸਮਾਂ ਖਾਧੀਆਂ ਹੁੰਦੀਆਂ, ਤੇਰੇ ਨਾਲ ਹੀ ਜੀਣਾ, ਤੇਰੇ ਨਾਲ ਹੀ ਮਰਨਾ, ਇਹੋ ਜਿਹੀ ਨਫ਼ਰਤ ਆ ਗਈ, ਦੂਜੇ ਦਾ ਮੂੰਹ ਵੇਖ ਕੇ ਬੰਦਾ ਖੁਸ਼ ਨਹੀਂ ਹੁੰਦਾ। ਹੈਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਦੁਨੀਆਂ ਦੀ ਪਸੰਦ ਇੱਕ ਸੈਕਿੰਡ ਵਿੱਚ ਬਦਲ ਜਾਂਦੀ ਜੇ ਦੁਨੀਆਂ ਦੀ ਪਸੰਦ ਮੁਤਾਬਕ ਨਾ ਜੀਵਨ ਜੀਵੋ, ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਨੁਕਸ ਕੱਢਣ ਵਾਲਿਆਂ ਨੇ ਤਾਂ ਰੱਬ ਦੇ ਵਿੱਚ ਵੀ ਨੁਕਸ ਕੱਢ ਦੇਣਾ। ਲੋਕਾਂ ਦੀ ਪਸੰਦ ਮੁਤਾਬਕ ਨਾ ਜੀਵੋ, ਜੇ ਜੀਵਨ ਜਿਉਣਾ ਹੈ ਨਾ ਪਿਆਰਿਓ, ਅਤੇ ਆਪਣੇ ਪਰਮੇਸ਼ਰ ਦੀ ਪਸੰਦ ਮੁਤਾਬਕ ਜੀਵੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਇੱਕ ਗੱਲ ਹੋਰ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਸੁਣਿਓ, ਇਹ ਵੀ ਬੜੀ ਕੰਮ ਆਏਗੀ।
ਜਿਹੜੇ ਰੰਗੋਲੀ ਬਣਾਉਂਦੇ ਆ ਨਾ, ਅਸੀਂ ਵੀ ਕਈ ਵਾਰੀ ਰੰਗੋਲੀ ਘਰਾਂ 'ਚ ਬਣਾਉਂਦੇ ਹੋਵਾਂਗੇ। ਕੋਈ ਮਹਾਂਪੁਰਸ਼ ਆ ਗਏ, ਸਾਧੂ ਮਹਾਤਮਾ ਆ ਗਏ, ਕੋਈ ਮਹਿਮਾਨ ਆ ਗਿਆ ਖਾਸ, ਉਹਦੇ ਲਈ ਰੰਗੋਲੀ ਬਣਾਈ ਜੀਆਂ ਆ ਕਹਿਣ ਵਾਸਤੇ। ਜਿਹੜੇ ਰੰਗੋਲੀ ਬਣਾਉਂਦੇ ਆ ਨਾ, ਉਹਨਾਂ ਨੂੰ ਪਤਾ ਹੈ ਇਹ ਦੂਜੇ ਦਿਨ ਹੀ ਖਤਮ ਹੋ ਜਾਣੀ ਹੈ, ਦੂਜੇ ਦਿਨ ਘੰਟੇ ਬਾਅਦ ਹੀ ਇਹਨੇ ਮਿਟ ਜਾਣਾ, ਕੁਝ ਮਿੰਟਾਂ ਵਿੱਚ ਹੀ ਇਹਨੇ ਖਤਮ ਹੋ ਜਾਣਾ। ਰੰਗੋਲੀ ਬਣਾਉਣ ਵਾਲਿਆਂ ਨੂੰ ਪਤਾ ਹੈ ਕਿ ਇਹ ਦੂਜੇ ਦਿਨ ਹੀ ਖਤਮ ਹੋਣ ਵਾਲੀ, ਫਿਰ ਵੀ ਜ਼ਿਆਦਾ ਤੋਂ ਜ਼ਿਆਦਾ ਆਕਰਸ਼ਕ ਹੋਵੇ, ਮਨਮੋਹਕ ਹੋਵੇ। ਬਣਾਉਣ ਵਾਲਿਆਂ ਦੀ ਹਮੇਸ਼ਾ ਇਹੋ ਹੀ ਕੋਸ਼ਿਸ਼ ਰਹਿੰਦੀ ਹੈ, ਸੋਹਣੀ ਬਣੇ ਇਹ ਰੰਗੋਲੀ। ਜਿਹੜਾ ਵੇਖੇ ਕਵੇ ਬੜੀ ਮਿਹਨਤ ਕੀਤੀ ਹੈ, ਬੜੀ ਸੁੰਦਰ ਬਣਾਈ ਹੈ, ਭਾਵੇਂ ਖਤਮ ਹੋ ਜਾਣੀ ਪਰ ਬਣਾਉਣ ਵਾਲਾ ਪੂਰੀ ਮਿਹਨਤ ਕਰਦਾ ਕਿ ਇਹਦਾ ਆਕਰਸ਼ਣ ਵੱਧ ਤੋਂ ਵੱਧ ਵਧੇ, ਇਹ ਮਨਮੋਹਕ ਹੋਵੇ, ਜ਼ਿਆਦਾ ਇਹ ਖਿੱਚ ਦਾ ਕਾਰਨ ਬਣੇ। ਇਸ ਕਰਕੇ ਉਹ ਮਿਹਨਤ ਪੂਰੀ ਕਰਦਾ, ਪਰ ਪਤਾ ਇਹਨੇ ਕੁਝ ਮਿੰਟਾਂ ਵਿੱਚ, ਕੁਝ ਘੰਟਿਆਂ ਵਿੱਚ ਜਾਂ ਅਗਲੇ ਦਿਨ ਮਿਟ ਜਾਣਾ। ਬਸ ਜੀਵਨ ਵੀ ਰੰਗੋਲੀ ਵਾਂਗ ਹੈ, ਜੀਵਨ ਵੀ ਸਾਨੂੰ ਪਤਾ ਹੈ ਇੱਕ ਦਿਨ ਜ਼ਿੰਦਗੀ ਖਤਮ ਹੋ ਹੀ ਜਾਣੀ ਹੈ, ਅੱਜ ਨਹੀਂ ਤਾਂ ਕੱਲ੍ਹ। ਸੱਚਾਈ ਇਹ ਸੱਚਾਈ, ਅੱਜ ਨਹੀਂ ਤਾਂ ਕੱਲ੍ਹ ਇਹ ਜੀਵਨ ਖਤਮ ਹੋਣਾ ਹੀ ਹੋਣਾ, ਜ਼ਿੰਦਗੀ ਖਤਮ ਹੋ ਜਾਏਗੀ। ਅਤੇ ਮੇਰੀ ਬੇਨਤੀ ਹੈ, ਭਾਵੇਂ ਇਹ ਖਤਮ ਹੋ ਜਾਣੀ ਹੈ, ਅਤੇ ਜਿਵੇਂ ਰੰਗੋਲੀ ਬਣਾਉਣ ਵਾਲੇ ਨੂੰ ਪਤਾ ਹੈ ਨਾ ਇਹਨੇ ਕੱਲ੍ਹ ਖਤਮ ਹੋ ਜਾਣਾ, ਅਤੇ ਉਹਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦਾ, ਪੂਰੀ ਮਿਹਨਤ ਲਾਉਂਦਾ, ਇਹ ਅਟਰੈਕਸ਼ਨ ਦਾ ਕਾਰਨ ਬਣ ਜੇ। ਜਿਹੜਾ ਆਵੇ ਉਹ ਕਵੇ ਨਹੀਂ ਬੜੀ ਸੋਹਣੀ, ਬੜੀ ਮਿਹਨਤ ਲਾਈ ਹੈ। ਇਸੇ ਤਰ੍ਹਾਂ ਮਹਾਂਪੁਰਖ ਬਚਨ ਕਰਦੇ ਸੀ, ਜੀਵਨ ਦੀ ਰੰਗੋਲੀ ਵੀ ਇੱਕ ਦਿਨ ਖਤਮ ਹੋਣੀ ਹੈ। ਅਤੇ ਪਿਆਰਿਆ, ਕਿਉਂ ਨਾ ਹੋਵੇ, ਇਹਨੂੰ ਜਿੰਨਾ ਵੀ ਤੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਉਹ ਕਰ। ਇੰਨਾ ਸੋਹਣਾ ਬਣਾ ਲੈ ਆਪਣੇ ਜੀਵਨ ਨੂੰ, ਇੰਨਾ ਸੋਹਣਾ ਬਣਾ ਲੈ ਕਿ ਜਿੱਥੇ ਬੈਠੇ ਉੱਥੇ ਤੈਨੂੰ ਬੋਲਣ ਦੀ ਵੀ ਲੋੜ ਨਾ ਪਵੇ, ਲੋਕ ਤੇਰੇ ਵੱਲ ਇਸ਼ਾਰੇ ਕਰ ਕਰਕੇ ਕਹਿਣ ਜੇ ਜੀਵਨ ਬਣਾਉਣਾ ਤੇ ਇਹਦੇ ਵਰਗਾ ਬਣਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ, ਇਹਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰੋ, ਪਲ ਪਲ ਹਰ ਪਲ ਸੁੰਦਰ ਬਣਾਉਣ ਦੀ, ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੋ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 213 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ। ਜਿਨ੍ਹਾਂ ਨੇ ਮੋਬਾਈਲਾਂ ਵਿੱਚ ਗੁਰਬਾਣੀ ਡਾਊਨਲੋਡ ਕੀਤੀ, ਬੇਸ਼ੱਕ ਸ਼ਬਦ ਕੱਢ ਲਓ। ਜੇਤੇ ਸੌਸ ਗਰੋਸ ਮਨ ਲੀਤਾ, ਤੇਤੇ ਹੀ ਗੁਣ ਗਾਈਐ। ਬੜੇ ਪਿਆਰ ਵਿੱਚ ਸ਼ਬਦ ਗਾਇਓ ਮੇਰੇ ਨਾਲ ਨਾਲ। ਉੱਦਾਂ ਕਿਸੇ ਨੇ ਸੰਗਤ 'ਚ ਬਹਿ ਕੇ ਮੋਬਾਈਲ ਕਰਨੇ ਸੁਣਨੇ ਨਹੀਂ, ਫੇਸਬੁੱਕਾਂ ਵਟਸਐਪ ਨਹੀਂ ਚਲਾਉਣੀਆਂ, ਕੋਈ ਫੋਨ ਕਾਲਾਂ ਸੁਣਨੀਆਂ ਨਹੀਂ ਕਰਨੀਆਂ ਨੇ, ਇਹ ਮੇਰੀ ਬੇਨਤੀ। ਉੱਦਾਂ ਬਿਲਕੁਲ ਸਾਈਲੈਂਟ ਕਰਕੇ ਬੈਠੋ, ਫੋਨ ਬੰਦ ਕਰਕੇ ਬੈਠੋ, ਅਤੇ ਕਿਸੇ ਨੇ ਫੋਨ ਕਰਨੇ ਸੁਣਨੇ ਨਹੀਂ, ਅਤੇ ਜਿਹੜਾ ਕੰਮ ਅਸੀਂ ਕਰਨ ਆਏ ਹਾਂ ਉਹ ਕਰੀਏ। ਤਕਰੀਬਨ 7 ਸਾਲਾਂ ਬਾਅਦ ਮੈਂ ਆਇਆ ਭੋਪਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਤੇ ਇਹ ਬਣਿਆ ਵੀ ਪ੍ਰੋਗਰਾਮ ਮੇਰਾ ਖਿਆਲ 2 ਜਾਂ ਹੱਦ 3 ਦਿਨ ਪਹਿਲੇ, ਅਤੇ ਮੈਂ ਮਨ 'ਚ ਸੋਚ ਰਿਹਾ ਸਾਂ ਸੰਗਤ ਕਿਵੇਂ ਪਹੁੰਚੇਗੀ, ਸੰਗਤ ਤੱਕ ਕਿਵੇਂ ਮੈਸੇਜ। ਫਿਰ ਮੈਂ 3 ਤੋਂ 4 ਵਾਲੇ ਕੀਰਤਨ 'ਚ ਬੇਨਤੀ ਕੀਤੀ, ਮੈਂ ਕਿਹਾ ਜਿਹੜੇ ਰੋਜ਼ ਭੋਪਾਲ ਦੀ ਸੰਗਤ ਵੇਖਦੇ ਹੋ, ਨੇੜੇ ਤੇੜੇ ਵਾਲੇ ਜਿਹੜੇ ਰੋਜ਼ ਵੇਖਦੇ, ਆਇਓ ਜ਼ਰੂਰ, ਅਤੇ ਤੁਸੀਂ ਦਰਸ਼ਨ ਦਿੱਤੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਾਈ ਕਿਰਪਾਲ ਸਿੰਘ ਜੀ ਬੜੇ ਪਿਆਰ 'ਚ ਸਾਰੇ ਪ੍ਰੋਗਰਾਮ ਉਲੀਕਦੇ ਸੀ ਸਾਡੇ, ਅਤੇ ਜਦੋਂ ਦੇ ਉਹ ਗਏ
ਕੁਦਰਤ ਵੱਲੋਂ ਵਿਧ ਨਹੀਂ ਬਣੀ ਅਤੇ ਅਸੀਂ ਬਾਹਰ ਜਾਣਾ ਸੀ ਅਤੇ ਉਹ ਮੈਂ ਆਪਣਾ ਪ੍ਰੋਗਰਾਮ ਤਬਦੀਲ ਕੀਤਾ। ਮੈਂ ਕਿਹਾ ਨਹੀਂ, ਇਹ 15-20 ਦਿਨ ਨਾ ਅਸੀਂ ਹਜ਼ੂਰ ਸਾਹਿਬ ਇੱਧਰ ਯਾਤਰਾ ਵੱਲ ਚੱਲੀਏ। ਅਤੇ ਜਦੋਂ ਸੰਗਤ ਵਿੱਚ ਸੁਨੇਹੇ ਦੇਣੇ ਸ਼ੁਰੂ ਕੀਤੇ ਕਿ ਬਈ ਕਿੰਨੇ ਕਿੰਨੇ ਚੱਲਣੇ ਨਾਲ, ਅਤੇ ਤਕਰੀਬਨ 40-50 ਬੱਸਾਂ ਤਿਆਰ ਹੋ ਰਹੀਆਂ ਸੀ, 2500-3000 ਦੇ ਕਰੀਬ ਮੈਂਬਰ, ਇੰਨੀ ਸੰਗਤ। ਮੈਂ ਕਿਹਾ ਜੇ ਇੰਨੀ ਸੰਗਤ ਨਾਲ ਗਈ ਤਾਂ ਜਿੱਥੇ ਵੀ ਰੁਕਾਂਗੇ 2500-3000 ਸੰਗਤ ਦਾ ਪ੍ਰਬੰਧ ਕਰਨਾ ਉੱਥੇ ਔਖਾ ਹੈ। ਫਿਰ ਮੈਂ 15 ਕੁ ਦਿਨ ਬਿਲਕੁਲ ਸਾਇਲੈਂਟ ਹੋ ਗਿਆ। ਮੈਂ ਕਿਹਾ ਇੱਧਰ ਦੀ ਅਨਾਊਂਸਮੈਂਟ ਅਸੀਂ ਹਜ਼ੂਰ ਸਾਹਿਬ ਦੀ ਕਰਨੀ ਨਹੀਂ। ਅਤੇ 4 ਤਰੀਕ ਤੋਂ ਸ਼ੁਰੂ ਹੋਏ ਅਤੇ 3 ਤਰੀਕ ਨੂੰ ਹੀ ਮੈਂ ਪੋਸਟਰ ਵਾਇਰਲ ਕੀਤਾ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਕਿ ਮੈਂ ਕਿਹਾ ਇੱਦਾਂ ਇੱਦਾਂ ਅਸੀਂ ਜਾਣਾ ਅਤੇ ਜਿੱਥੇ ਜਿੱਥੇ ਜਾਣਾ ਸੰਗਤਾਂ ਉੱਥੇ ਲਾਹਾ ਲੈਣ। 4 ਨੂੰ ਇਹ ਯਾਤਰਾ ਸ਼ੁਰੂ ਹੋਈ, 3 ਕੁ ਤਰੀਕ ਦੇ ਕਰੀਬ ਆਪਾਂ ਇਹ ਸਾਰਾ ਪਲੈਨਿੰਗ ਕੀਤੀ ਮਹਾਰਾਜ ਜੀ ਦੀ ਮਿਹਰ ਨਾਲ। ਅਤੇ ਜਿੱਥੇ ਵੀ ਮੈਂ ਜਾ ਰਿਹਾ ਹਜ਼ਾਰਾਂ ਸੰਗਤਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਨਾਲ ਇੱਕ ਸ਼ੋਰਟ ਨੋਟਿਸ ਦੇ ਉੱਤੇ ਤੁਸੀਂ ਪਹੁੰਚ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਿਹਰ ਨਾਲ। ਅਤੇ ਬਸ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਨ, ਸੇਵਾ ਲੈਣ। ਥੋੜ੍ਹੇ ਜਿਹੇ ਮਿੰਟ ਆਪਾਂ 45 ਮਿੰਟ, ਹੱਦ 50 ਮਿੰਟ ਹੋਰ ਮੈਂ ਲੈਣੇ ਨੇ ਤੁਹਾਡੇ। ਅਤੇ ਜਿੱਥੇ ਜਿੱਥੇ ਜਗ੍ਹਾ ਮਿਲੇ, ਬੜੇ ਪਿਆਰ 'ਚ ਵੱਡੀ ਗਿਣਤੀ 'ਚ ਤੁਸੀਂ ਪਹੁੰਚ ਰਹੇ ਹੋ। ਅਤੇ ਆਓ ਬੜੇ ਪਿਆਰ ਨਾਲ ਇਹ ਪਹਿਲੇ ਸ਼ਬਦ ਪੜ੍ਹੀਏ। ਇਹ ਸ਼ਬਦ ਦੇ ਵਿੱਚ ਸਤਿਗੁਰੂ ਸੁਣਿਆ ਕੀ ਦੇ ਰਹੇ, ਸਤਿਗੁਰੂ ਮੇਰੇ ਕੋਲੋਂ ਸੇਵਾ ਲੈਣ। ਪੜ੍ਹਿਓ ਪਿਆਰ ਨਾਲ ਪਹਿਲੇ ਇਹ ਸ਼ਬਦ ਜੀ। ਜੀਤੇ ਸਾਸ ਗ੍ਰਾਸ ਮਨ ਲੇਤਾ, ਜੀਤੇ ਸਾਸ ਗ੍ਰਾਸ ਮਨ ਲੇਤਾ, ਤੇ ਤੇ ਹੀ ਗੁਣ ਗਈ ਹੈ, 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 ਬੋਲੋ ਤੇ ਹੀ ਗੁਣ ਗਈ ਹੈ, ਤੇ ਹੀ ਗੁਣ ਗਈ ਹੈ, ਜੀਤੇ ਸਾਸ ਗ੍ਰਾਸ ਮਨ ਲੇਤਾ, ਜੀਤੇ ਸਾਸ ਗ੍ਰਾਸ ਮਨ ਲੇਤਾ, ਤੇ ਹੀ ਗੁਣ ਗਈ ਹੈ, ਤੇ ਹੀ ਗੁਣ ਗਈ ਹੈ, ਤੇ ਹੀ ਗੁਣ ਗਈ ਹੈ, ਬੋਲੋ ਤੇ ਹੀ ਗੁਣ ਗਈ ਹੈ, ਸਰ ਬੋਲੋ ਤੇ ਹੀ ਗੁਣ ਗਈ ਹੈ, ਤੇ ਹੀ ਗੁਣ ਗਈ ਹੈ, ਵਾਹਿਗੁਰੂ 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 ਵਾਹਿਗੁਰੂ
ਤੇਤੇ ਹੀ ਗੁਣ ਗਈਏ, ਤੇਤੇ ਹੀ ਗੁਣ ਗਈਏ, ਬੋਲੋ ਤੇਤੇ ਹੀ ਗੁਣ ਗਈਏ, ਤੇਤੇ ਹੀ ਗੁਣ ਗਈਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਮਨ ਗੁਰ 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 ਸਦ ਕਰੀਏ, ਪੜੋ ਮੇਰੇ ਮਨ, ਮੇਰੇ ਮਨ ਗੁਰ 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 ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲ ਹਰੀਏ, ਦਰਸ਼ਨ ਕੋ ਬਲ ਹਰੀਏ, ਜੇਤੇ ਸਾਸ ਗ੍ਰਾਸ ਮਨ ਲੇਤਾ, ਬੋਲੋ ਜੇਤੇ ਸਾਸ ਗ੍ਰਾਸ ਮਨ ਲੇਤਾ, ਤੇਤੇ ਹੀ ਗੁਣ ਗਈਏ, ਤੇਤੇ ਹੀ ਗੁਣ ਗਈਏ, ਤੇਤੇ ਹੀ ਗੁਣ ਗਈਏ, ਤੇਤੇ ਹੀ ਗੁਣ ਗਈਏ, ਤੇਤੇ ਹੀ ਗੁਣ ਗਈਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਖੰਡੇ ਵਾਲਿਆ ਸਭ ਦੀ ਬਾਂਹ ਫੜ ਲੈ, ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੋ ਹੋਏ ਦਿਆਲ ਸਤ ਗੁਰ ਆਪਣਾ, ਤਾਂ ਇਹ ਮਤ ਬੁੱਧ ਪਈਏ,
ਦਿਆਲੇ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਈ ਹੈ, ਤਾਂ ਇਹ ਮਤ ਬੁੱਧ ਪਈ ਹੈ, ਜਿਤੇ ਸਾਸ ਗ੍ਰਾਸ ਮਨ ਲੇਤਾ, ਜਿਤੇ ਸਾਸ ਗ੍ਰਾਸ ਮਨ ਲੇਤਾ, ਤੇਤੇ ਹੀ ਗੁਣ ਗਾਈ ਹੈ, 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 ਪੜੋ ਤੇਤੇ ਹੀ ਗੁਣ ਗਾਈ ਹੈ, ਗੁਣ ਗਾਈ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਰਬ ਸੁਖਾਂ ਸੁਖ ਪਾਈਏ, ਪੜੋ ਮੇਰੇ ਮਨ ਨਾਮ ਲਏ, ਜਮ ਬੰਦ ਤੇ ਛੂਟੇ, ਸਰਬ ਸੁਖਾਂ ਸੁਖ ਪਾਈਏ, ਸੇਵ ਸੁਆਮੀ ਸਤਿਗੁਰ ਦਾਤਾ, ਮਨ ਬੰਛਤ ਫਲ ਆਈਏ, ਮਨ ਬੰਛਤ ਫਲ ਆਈਏ, ਮਨ ਬੰਛਤ ਫਲ ਆਈਏ, ਉਹ ਜਿਤੇ ਸਾਸ ਗ੍ਰਾਸ ਮਨ ਲੇਤਾ, ਜਿਤੇ ਸਾਸ ਗ੍ਰਾਸ ਮਨ ਲੇਤਾ, ਤੇਤੇ ਹੀ ਗੁਣ ਗਾਈ ਹੈ, ਤੇਤੇ ਹੀ ਗੁਣ ਗਾਈ ਹੈ, ਪੜੋ ਤੇਤੇ ਹੀ ਗੁਣ ਗਾਈ ਹੈ, ਤੇਤੇ ਹੀ ਗੁਣ ਗਾਈ ਹੈ, ਸਾਰੇ ਤੇਤੇ ਹੀ ਗੁਣ ਗਾਈ ਹੈ, ਤੇਤੇ ਹੀ ਗੁਣ ਗਾਈ ਹੈ। Thank you.
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੇ ਚਾਲੇ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੇ ਚਾਲੇ। ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਏ ਪਾਲੇ। ਗੁਰ ਤੇ ਪਾਈਏ ਪਾਲੇ, ਜਿਤੇ ਸਾਸ ਗ੍ਰਾਸ ਮਨ ਲੇਤਾ, ਜਿਤੇ ਸਾਸ ਗ੍ਰਾਸ ਮਨ ਲੇਤਾ। ਤੇਤੇ ਹੀ ਗੁਣ ਗਾਈਏ, ਤੇਤੇ ਹੀ ਗੁਣ ਗਾਈਏ, ਤੇਤੇ ਹੀ ਗੁਣ ਗਾਈਏ, ਤੇਤੇ ਹੀ ਗੁਣ ਗਾਈਏ। ਸੰਗਤ ਬੋਲੇ ਤੇਤੇ ਹੀ ਗੁਣ ਗਾਈਏ, ਤੇਤੇ ਹੀ ਗੁਣ ਗਾਈਏ। ਪ੍ਰਭ ਤਾਰੀ, ਬਿਨ ਸੇ ਸਰਬ ਅੰਦੇਸਾ। ਪੜਿਓ ਸਾਰੇ ਜੀ। ਗੁਰ ਕਿਰਪਾਲ ਕਿਰਪਾ ਪ੍ਰਭ ਤਾਰੀ, ਬਿਨ ਸੇ ਸਰਬ ਅੰਦੇਸਾ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ, ਮਿਟਿਓ ਸਗਲ ਕਲੇਸਾ, ਜਿਤੇ ਸਾਸ ਗ੍ਰਾਸ ਮਨ ਲੇਤਾ। ਪੜੋ ਜਿਤੇ ਸਾਸ ਗ੍ਰਾਸ ਮਨ ਲੇਤਾ, ਤੇਤੇ ਹੀ ਗੁਣ ਗਾਈਏ, ਤੇਤੇ ਹੀ ਗੁਣ ਗਾਈਏ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ ਚ ਪਾਈਆਂ ਨੇ ਹੁਣ।
ਮੈਂ ਕੱਲ ਵੀ ਅਰਜ਼ ਕੀਤੀ ਸੀ ਸਾਨੂੰ ਹਸਪਤਾਲ ਲਈ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਜਿਹਦੇ 'ਚ ਇੱਕੋ ਛੱਪ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ ਆ ਕੇ ਆਪਣੀਆਂ ਅੱਖਾਂ ਨਾਲ ਵੇਖੋ ਅਲਟਰਾਸਾਊਂਡ ਐਕਸਰੇ ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ ਦੰਦਾਂ ਦੇ ਇਲਾਜ ਅੱਖਾਂ ਦੇ ਇਲਾਜ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਜਿਹੜੀਆਂ ਫੈਸਿਲਿਟੀਆਂ ਨੇ ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਛੱਪ ਥੱਲੇ ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ ਅਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਐਂਬੂਲੈਂਸ ਦਾ ਅਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਭਾਵੇਂ ਇੱਕ ਇੱਕ ਕਿਣਕਾਈ ਜਿਹਦੀ ਸਮਰੱਥਾ 1000 ਰੁਪਈਆ ਹਿੱਸਾ ਪਾਉਣ ਦੀ ਉਹ ਓਨਾ ਪਾਵੇ 10,000 ਦੀ ਉਹ ਓਨਾ ਹਿੱਸਾ ਪਾਵੇ 5,000 ਦੀ ਹੈ ਉਹ ਓਨਾ ਹਿੱਸਾ ਪਾਵੇ ਲੱਖ ਵਾਲਾ ਲੱਖ ਸੇਵਾ ਕਰੇ ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ 'ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਅਤੇ ਪਿਆਰੇ ਉਹ ਮੈਨੂੰ ਇੱਦਾਂ ਮਹਿਸੂਸ ਹੁੰਦਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ ਇਹ ਮੇਰੀ ਨਿਮਰਤਾ ਸਹਿਤ ਬੇਨਤੀ ਜਿਹੜੀ ਐਂਬੂਲੈਂਸ ਦੀ ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹੇ ਉਹ ਉਦਾਂ ਕਰ ਲਵੇ ਮੰਨ ਲਓ ਨਹੀਂ ਸਮਰੱਥਾ ਜੋ ਗੁਰੂ ਨੇ ਤੁਹਾਨੂੰ ਕਿਣਕਾ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ ਇੱਕ ਤੇ ਇਹ ਬੇਨਤੀ ਦੂਸਰਾ ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਹੈ ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ ਅਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ ਅਤੇ ਉਹਨਾਂ ਥਾਵਾਂ 'ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਨਾਲ ਜਿੱਥੇ ਅੱਤ ਦੀ ਲੋੜ ਹੁੰਦੀ ਕਈ ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ ਅਤੇ ਹਫ਼ਤੇ 'ਚ 2-3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ ਕਾਫ਼ੀ ਪੁਰਾਣੀ ਹੋ ਗਈ ਅਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ ਅਤੇ ਮੇਰੀ ਬੇਨਤੀ ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹੇ ਵਾਹ ਭਲਾ ਅਤੇ ਜੇ ਨਹੀਂ ਕੋਈ ਕਰ ਸਕਦਾ ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ ਤੁਰੰਤ ਦਾਨ ਮਹਾਪੁੰਨ ਆਖੋ ਧੰਨ ਗੁਰੂ ਰਾਮਦਾਸ ਜੀ ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ ਫਿਰ ਮਨ ਆਲਸੀ ਹੁੰਦਾ ਜਾਂਦਾ ਆਲਸੀ ਚਲ ਕੋਈ ਨੀ ਫਿਰ ਕਰ ਲਾਂਗੇ ਹੁਣ ਆਹ ਲੋੜ ਹੈ ਇਹ ਚੀਜ਼ ਲਈ ਵਰਤ ਲਈ ਨੇ ਫਿਰ ਕਰ ਲਾਂਗੇ ਸੇਵਾ ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ ਤੁਰੰਤ ਦਾਨ ਮਹਾਂਪੁੰਨ ਬਣਿਆ ਮਨ ਉਸੇ ਵੇਲੇ ਸੇਵਾ ਕਰਦੇ ਨਹੀਂ ਤੇ ਮਨ ਆਲਸੀ ਬਣ ਜਾਂਦਾ ਆਲਸੀ ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ ਸੇਠ ਵਸਤੀ ਰਾਮ ਸੀ ਉਹਨੇ 100 ਚਾਦਰਾਂ ਸੁੱਖ ਲਈਆਂ ਕਿ ਧਾਰਮਿਕ ਅਸਥਾਨ ਤੇ ਮੈਂ 100 ਚਾਦਰ ਚੜ੍ਹਾਉਣੀ ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ ਮਨੋਕਾਮਨਾ ਪੂਰੀ ਹੋਈ ਜਦੋਂ 100 ਚਾਦਰਾਂ ਚੜ੍ਹਾਉਣ ਦੀ ਵਾਰੀ ਕਹਿੰਦਾ ਇੰਨੀਆਂ ਮਹਿੰਗੀਆਂ ਚਾਦਰਾਂ 100 ਚਾਦਰਾਂ ਕਹਿੰਦਾ ਚੱਲ 50 ਚੜ੍ਹਾ ਦੇਣੇ 50 ਦਾ ਜਦੋਂ ਰੇਟ ਪਤਾ ਕੀਤਾ ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ ਫਿਰ 10 ਤੇ ਆ ਗਿਆ 10 ਤੋਂ ਫਿਰ 1 ਚੱਦਰ ਤੇ ਆ ਗਿਆ ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ ਆਖੋ ਧੰਨ ਗੁਰੂ ਰਾਮਦਾਸ ਜੀ ਇਹ ਮੇਰੀ ਬੇਨਤੀ ਹੈ ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ ਅਕਾਊਂਟ ਡਿਟੇਲ ਵੀ ਤੁਹਾਡੇ TV ਸਕਰੀਨ 'ਤੇ ਚੱਲਦੀ ਹੈ ਸਕਰੀਨ ਸ਼ੋਟ ਲੈ ਲਓ ਫੋਟੋ ਲੈ ਲਓ ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ ਅਤੇ ਫੋਨਪੇ ਗੂਗਲ ਪੇ
ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 98 150 99 513 'ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ, ਤੁਹਾਡਾ ਕਿਣਕਾ ਕਿਣਕਾ ਸਮੁੰਦਰ ਬਣ ਜਾਂਦਾ। ਅਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ, ਇਹ ਮੇਰੀ ਬੇਨਤੀ ਹੈ। ਦੋ ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ ਅਤੇ ਇਹ ਮੌਕਾ ਸਾਂਭੋ, ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਅਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪੜ ਜਪਜੀ ਸਾਹਿਬ, ਦੋ ਪੜ ਚੁਪਈ ਸਾਹਿਬ, ਇੱਕ ਪੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ, ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ 1-1 ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ ਜੀ।
ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।